ਤੇ ਖਾਲਸਾ ਪੰਥ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ ਮਲੋਟ ਦੇ ਨਜ਼ਦੀਕ ਪਿੰਡ ਦਾਨੇਵਾਲਾ ਦੇ ਗੁਰਦੁਆਰਾ ਚਰਨ ਕਮਲ ਸਾਹਿਬ ਵਿੱਚ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਜਿੱਥੇ ਕਿ ਪਿਛਲੇ ਕਈ ਦਿਨਾਂ ਤੋਂ ਰੱਖੇ ਗਏ ਅਖੰਡ ਪਾਠ ਦਾ ਭੋਗ ਪਾਇਆ ਗਿਆ ਤੇ ਇਸ ਦੌਰਾਨ ਸੰਗਤਾਂ ਵੱਡੀ ਗਿਣਤੀ ਵਿੱਚ ਦਰਬਾਰ ਸਾਹਿਬ ਨਤਮਸਤਕ ਹੋਈਆਂ ਅਤੇ ਇਸ ਮੌਕੇ ਰਾਗੀ ਸਿੰਘਾਂ ਦੁਆਰਾ ਸਮੂਹ ਸੰਗਤ ਨੂੰ ਗੁਰਬਾਣੀ ਦੇ ਨਾਲ ਜੋੜਿਆ ਗਿਆ ਇਸ ਮੌਕੇ ਸੰਗਤਾਂ ਨੂੰ ਮੁਫਤ ਗੁਟਕਾ ਸਾਹਿਬ ਵੰਡੇ ਗਏ ਮਲੋਟ ਇਲਾਕੇ ਦੇ ਵਿੱਚ ਪਿੰਡ ਦਾਨੇਵਾਲਾ ਕਮਿਆਰੀ ਰੋਡ ਤੇ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਜੀ ਵਿਖੇ ਜੋ ਹਰ ਸਾਲ ਦੀ ਤਰ੍ਹਾਂ ਖਾਲਸਾ ਪੰਥ ਜੀ ਦੀ ਸਾਜਨਾ ਦਿਵਸ ਮਨਾਉਂਦੇ ਆ ਅਤੇ 550 ਸਾਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਇਹ ਸਮਾਗਮ ਰੱਖੇ ਗਏ ਸੀ ਜੋ 8 ਮਾਰਚ ਤੋਂ ਅਖੰਡ ਪਾਠਾਂ ਦੀ ਲੜੀ ਪ੍ਰਾਰੰਭ ਹੋਈ ਸੀ ਅੱਜ ਮਹਾਨ ਦਿਨ ਤੇ ਇਹ ਸਾਰੀ ਸੰਪੂਰਨਤਾ ਹੋਈ ਹੈ ਸਮਾਗਮ ਸੰਪੰਨ ਹੋਇਆ ਹੈ ਅਸੀਂ ਵਧਾਈ ਦਿੰਦੇ ਹਾਂ ਸਮਾਗਮ ਦੀ ਅਤੇ ਗੁਰੂ ਨਾਨਕ ਮਹਾਰਾਜ ਜੀ ਦਾ ਜੋ 550 ਸਾਲਾ ਪ੍ਰਕਾਸ਼ ਉਤਸਵ ਆ ਰਿਹਾ ਹੈ ਉਹਦੀ ਵੀ ਵਧਾਈ ਦਿੰਦੇ ਹਾਂ ਅਤੇ ਘਰ ਘਰ ਵਿੱਚ ਇਹ ਬੇਨਤੀ ਕਰਾਂਗੇ ਨੌਜਵਾਨਾਂ ਵੀਰਾਂ ਨੂੰ ਗੁਰੂ ਸਾਹਿਬ ਦਾ ਇਤਿਹਾਸ ਪੜ੍ਹਾਓ ਅਤੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਲਾਮਤਾ ਤੋਂ ਬਚਾਓ ਅਤੇ ਵੱਧ ਤੋਂ ਵੱਧ ਗੁਰੂ ਘਰਾਂ ਦੀਆਂ ਹਾਜ਼ਰੀਆਂ ਭਰੋ ਕੋਈ ਵੀ ਕਿਸੇ ਧਰਮ ਨਾਲ ਜੁੜਿਆ ਕਿਸੇ ਵੀ ਧਰਮ ਦਾ ਕੋਈ ਵੀ ਜੁੜਿਆ ਹੋਇਆ ਪਿਆਰ ਕਰਨ ਵਾਲਾ ਕਿਸੇ ਵੀ ਧਰਮ ਨੂੰ ਕੋਈ ਪਿਆਰ ਕਰਦਾ ਉਹ ਆਪਦੇ ਆਪਦੇ ਧਰਮ ਨੂੰ ਪਿਆਰ ਕਰੋ ਕਿਸੇ ਦੂਸਰੇ ਧਰਮ ਨੂੰ ਨਫ਼ਰਤ ਨਾ ਕਰੋ ਉਹਨਾਂ ਨੂੰ ਪ੍ਰੇਮ ਕਰੋ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਜੋ ਸਮੁੱਚਾ ਉਪਦੇਸ਼ ਹੀ ਇਹ ਆ ਕਿ ਭਾਈ ਭਾਈ ਬਣ ਕੇ ਚੱਲੋ ਭੈਣ ਭੈਣ ਬਣ ਕੇ ਚੱਲੋ ਸਾਡੇ ਵਿੱਚ ਜਿਹੜਾ ਪਿਆਰ ਹੈ ਇਹ ਵੱਡਾ ਹੋਣਾ ਚਾਹੀਦਾ ਹੈ ਸਾਡੇ ਵਿੱਚ ਇਤਫਾਕ ਵੱਡਾ ਹੋਣਾ ਚਾਹੀਦਾ ਹੈ ਸਾਡੀਆਂ ਜਿਹੜੀਆਂ ਇਹ ਵੈਰ ਵਿਰੋਧਤਾ ਇਹ ਖਤਮ ਹੋਣੀ ਚਾਹੀਦੀ ਹੈ ਜਾਤਾਂ ਪਾਤਾਂ ਦਾ ਭਰਮ ਭਾਵ ਇਹ ਖਤਮ ਹੋਣਾ ਚਾਹੀਦਾ ਹੈ ਅਤੇ ਅਸੀਂ ਇੱਕ ਰਹਿਬਰ ਦੇ ਲੜ ਲੱਗੇ ਹੋਏ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਸਾਂਝੇ ਰਹਿਬਰ ਨੇ ਸਰਬ ਸਾਂਝੀ ਗੁਰਬਾਣੀ ਦਾ ਚੌਹ ਵਰਨਾਂ ਨੂੰ ਸਾਂਝਾ ਉਪਦੇਸ਼ ਹੈ ਸਾਰਿਆਂ ਨੂੰ ਆਪਾਂ ਨੂੰ ਮਹਾਰਾਜ ਜੀ ਇਹੀ ਹੁਕਮ ਕਰਦੇ ਨੇ ਕਿਰਤ ਕਰੋ ਵੰਡ ਛਕੋ ਨਾਮ ਜਪੋ